ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ। ਕਮਲ ਡੇਰੀ ਫਾਰਮ 'ਤੇ ਆਪਾਂ ਪਹੁੰਚ ਚੁੱਕੇ ਹਾਂ ਕਮਲ ਵੀਰ ਦੇ ਕੋਲ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ 1 ਸੂਈ, 3 ਗੱਭਣਾਂ ਅਤੇ 1 ਤੁਹਾਨੂੰ ਤੋਕੜ ਦਿਖਾਉਣੀ ਹੌਲੇ ਭਾਅ ਦੇ ਵਿੱਚ। ਜਿਹੜੀ ਤੁਹਾਨੂੰ ਸੂਈ ਗਾਂ ਦਿਖਾਉਣੀ ਹੁੰਦੀ, ਮਗਰ ਵੱਛੀ ਆਪਾਂ ਦੇਖ ਸਕਦੇ ਬੜੀ ਖੂਬਸੂਰਤ ਹੈ। ਵੱਛੀ ਦੀ ਹੁਣ ਤੋਂ ਹੀ ਹਾਈਟ ਆਪਾਂ ਦੇਖ ਸਕਦੇ, ਸੋਹਣੀ ਹੈ ਅਤੇ ਚੰਗੇ ਟੀਕੇ ਵਾਲੀ ਵੱਛੀ ਜਿਹੜੀ ਆਪਾਂ ਦੇਖ ਸਕਦੇ ਹਾਂ। ਗੱਲਬਾਤ ਹੁਣ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ ਜੀ? ਹਾਂਜੀ ਹਾਂਜੀ, ਕਿਰਪਾ ਬਾਬਾ ਦੀ। ਚਲੋ ਵਧੀਆ ਚੱਲੀ ਜਾਂਦਾ ਜੀ ਕੰਮ ਕਾਰ, ਠੀਕ ਠਾਕ ਫਿਰ। ਅੱਜ ਕਿੰਨੀਆਂ ਫਿਰ? 5? ਹਾਂਜੀ, 5 ਗਾਵਾਂ ਦੇ। ਸਾਰੀ ਵੈਰਾਈਟੀ ਫਿਰ? ਸਾਰੀਆਂ ਵੈਰਾਈਟੀਆਂ ਜੋ ਮਿਲ ਜੇ ਤੁਹਾਨੂੰ ਪਤਾ, ਲੈ ਆਈਦਾ ਮੱਝ ਮਿਲ ਜੇ, ਗਾਂ ਮਿਲ ਜੇ। ਠੀਕ ਹੈ, ਹਾਂਜੀ ਹਾਂਜੀ। ਛੋਟੇ ਵੱਡੇ ਭਾਅ ਸਾਰੇ? ਸਾਰੇ ਲੈ ਕੇ? ਸਾਰੇ ਛੋਟੇ? ਹਾਂਜੀ, ਨਹੀਂ ਨਹੀਂ ਇਦਾਂ ਹੀ ਆ ਸਾਰੇ, ਨਾਰਮਲ ਹੀ ਆ ਰੇਟ, ਇੰਨੀ ਜ਼ਿਆਦਾ ਨਹੀਂ ਹੈਗੇ ਬਾਜ਼ਾਰ ਦੇ ਹਿਸਾਬ ਨਾਲ, ਬਿਲਕੁਲ ਨਾਰਮਲ ਰੇਟ ਹੈ। ਅੱਛਾ, ਨਾਰਮਲ ਹੀ ਆ ਰੇਟ? ਹਾਂਜੀ ਹਾਂਜੀ, ਠੀਕ ਹੈ। ਚਲੋ ਨਾਮ ਦੱਸਦੇ ਕਰੀ ਆਪਣਾ। ਨਾਮ ਕਮਲ ਜੀ। ਹਾਂਜੀ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ। ਠੀਕ ਹੈ, ਹਾਂਜੀ। ਅਤੇ ਫੋਨ ਨੰਬਰ ਬੋਲਦੇ ਕਰੀ। 98-1590-6684। ਠੀਕ ਹੈ, ਹਾਂਜੀ। ਤੇ ਸ਼ੁਰੂਆਤ ਫਿਰ ਸੂਈ ਤੋਂ ਕਰ ਲਈਏ? ਹਾਂ, ਦੇ ਸਾਡੇ ਵੱਛੀ ਦੀ ਇੱਕ ਵਾਰੀ ਤੁਹਾਨੂੰ ਫੇਰ ਤੋਂ ਦਿਖਾਈ। ਬਹੁਤ ਡਾਇਮੰਡ ਦਾ ਟੀਕਾ ਲੱਗਾ ਇਹਨੂੰ, ਵੱਛੀ ਬਹੁਤ ਵਧੀਆ ਵੱਡਾ ਡਾਕਟਰ ਨੇ ਲਾਇਆ। ਠੀਕ ਹੈ, ਆਹ ਵੇਖੋ ਕੁੱਤਾ ਵੱਛੀ ਬਹੁਤ ਲਾਈ। ਠੀਕ ਹੈ, ਹਾਂ ਦੇ ਸਾਡੇ। ਤੇ ਆਹ ਜਿਹੜੀ ਵੈੜ ਹੈ, ਜਿਹੜੀ ਵੱਛੀ ਹੈ, ਕਿੰਨਵਾਂ ਸੂਆ ਜੀ ਵੀਰ ਜੀ ਇਹਦਾ? ਇਹਦਾ ਵੀਰ ਜੀ ਪਹਿਲਾ 4 ਦੰਦ ਜੀ ਵੱਛੀ। ਪਹਿਲਾ ਹੀ ਸੂਆ, ਬਾਕੀ ਅਜੇ ਹੁਣੇ ਵੀਰ ਜੀ ਉਹਨਾਂ ਨੇ ਪਸ਼ੂ ਜਿਹੜੇ ਸਵਾਏ ਨਵਾਏ ਆ, ਅਜੇ ਪੂਰੇ ਨੁੱਚੜੇ ਵੀ ਨਹੀਂ ਆ ਅਤੇ ਸੁੱਕੇ ਵੀ ਨਹੀਂ ਆ ਪੂਰੇ ਅਜੇ, ਆਹ ਦੇ ਸਾਡੇ ਜਿਹੜੀਆਂ ਨੁੱਚੜਨ ਦੀਆਂ ਹੌਲੀ ਹੌਲੀ। ਤੇ ਕਿੰਨਾ ਚਿਰ ਹੋਇਆ ਵੀਰ ਜੀ ਇਹਨੂੰ ਸੂਈ ਨੂੰ? ਸੂਈ ਨੂੰ ਵੀਰ ਜੀ ਇਹਨੂੰ ਹੋ ਗਏ 8 ਦਿਨ ਅਜੇ। 8 ਦਿਨ ਹੋ ਗਿਆ? ਹਾਂ ਦੇ ਸਾਡੇ ਜੀ, ਹੋਏ ਤਾਂ ਕੋਈ ਚੱਕਰ ਨਹੀਂ ਹੈਗਾ। ਤੇ ਕਿੰਨਾ ਦੁੱਧ ਵੀਰ ਜੀ ਤਿਆਰ ਜੇ ਬੈਠ ਦੇ ਕੋਲ? ਦੁੱਧ ਵੀਰ ਜੀ 10 ਲੀਟਰ ਤਿਆਰ ਜੇ, ਦੁੱਧ 15 ਕਿਲੋ ਕੜੇਗੀ। 15 ਲੀਟਰ ਕਰ ਜੂਗੀ? 4 ਦੰਦ ਜੀ, ਗਰੰਟੀ ਨਾਲ। ਚਵਾ ਚਵੂ ਓਕੇ ਪੂਰਾ ਜੇ? ਵੇਖਣੀ ਵੇਖ ਜੀ ਸਾਡੇ। ਚਲੋ ਦੰਦ ਖਾਈ ਦੀ ਫਿਰ ਇਹਦੇ। ਜਿਹੜੀ ਸ਼ੱਕ ਹੁੰਦਾ ਨਾ ਬੰਦੇ ਨੂੰ ਕਿ। ਠੀਕ ਹੈ, ਹਾਂਜੀ। ਉਹ ਫੜਾਉਣ ਤੋਂ ਥੋੜਾ ਜਿਹਾ ਕਰਦੀ ਹੈ। ਦੰਦ ਵੀ ਇਹਦੇ ਕਰੀ, 4 ਦੰਦ ਜਿਹੜੀ ਆਪਾਂ ਮੂੰਹ ਦੇਖ ਸਕਦੇ ਹਾਂ। ਠੀਕ ਹੈ ਵੀਰ ਜੀ, ਤੋਰੀ ਦੇ ਕਰੀ ਨਾ ਫਿਰ, ਪਹਿਲਾਂ ਹੀ ਸੁਬਾਹ ਜੀ। ਬਾਕੀ ਜੀ ਹੁਣ ਇਹਨਾਂ ਆਏ ਆ ਤੇ ਹਵਾਨਾ ਇਹਦਾ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ ਜੀ। 15 ਕੁ ਲੀਟਰ ਦੇ ਕਰੀਬ ਦੁੱਧ ਜਿਹੜਾ ਵੀਰ ਜੀ ਹੁਣ ਕਹਿੰਦੇ ਕਿ ਚਵਾਈ ਜਾਊਗੀ। ਠੀਕ ਹੈ ਵੀਰ ਜੀ, ਅੱਜ ਲੈ ਆਓ ਜੀ। ਅਤੇ ਬਾਕੀ ਹਾਈਟ ਵੀ ਇਹਦੇ ਵੀ ਜਿਹੜੀ ਚੰਗੀ ਆ, ਅਤੇ ਬਾਕੀ ਜਿਹੜੀ ਮਗਰ ਵੱਛੀ ਆ ਉਹ ਵੀ ਚੰਗੀ ਆ। ਠੀਕ ਆ, ਕਿਸੇ ਵੀਰ ਨੇ ਚੰਗਾ ਹੀ ਭਰਾਇਆ ਵਾ। ਬਾਕੀ ਥਣਾਂ ਦਾ ਗੈਪ ਅਤੇ ਸਾਈਜ਼ ਵੀ ਆਪਾਂ ਦੇਖ ਸਕਦੇ ਚੰਗਾ ਵਾ। ਅਤੇ ਚਵਾ ਚਵੂ ਵੀਰ ਜੀ ਓਕੇ ਹੀ ਆ ਪੂਰਾ? ਹਾਂਜੀ ਹਾਂਜੀ, ਵੀ ਦਿਖਾ ਦਿੰਦੇ ਚਵਾ। ਚਲੋ ਦਿਖਾਈ ਦਿਓ ਫਿਰ ਇੱਕ ਵਾਰੀ। ਹਾਂ, ਵੱਛੀ ਦੇਖ ਸਕਦੇ ਜੀ, ਵੱਛੀ ਦੀ ਹਾਈਟ ਆਪਾਂ ਹੁਣ ਤੋਂ ਹੀ ਦੇਖ ਸਕਦੇ ਚੰਗੀ ਹੈ। ਕੋਈ ਚੰਗੀ ਸਾਂਭ ਵਾਲਾ ਕੋਈ ਵੀਰ ਲੈ ਗਿਆ ਤੇ ਵੱਛੀ ਵੀ ਜਿਹੜੀ ਛੇਤੀ ਤਿਆਰ ਹੋ ਜੂਗੀ। ਥਾਣੇ ਦੇ ਕਰੀ ਲਾਗੇ ਤਾਂ ਦੇਖ ਸਕਦੇ ਜੀ, ਥਾਣੇ ਦਾ ਗੈਪ ਤੇ ਸਾਈਜ਼ ਜਿਹੜਾ ਚੰਗਾ। ਕੋਈ ਰੱਸੀ ਨਹੀਂ ਪਾਈ ਦੀ ਵੀਰ ਜੀ? ਨਹੀਂ ਵੀਰ ਜੀ, ਇਹ ਤੁਹਾਨੂੰ ਪਤਾ ਬਰੀਡ ਲਗਾਈ ਹੈ, ਹਾਂਜੀ ਸਾਂਭੀ ਨਹੀਂ ਹੈ। ਸਾਂਭ ਥੋੜੀ ਜਿਹੀ ਘੱਟ ਹੋਈ ਹੈ, ਜੇ ਕੋਈ ਚੰਗੀ ਸਾਂਭ ਵਾਲਾ ਵੀਰ ਖੜੂਗਾ ਤੇ ਦੁੱਧ ਚੰਗਾ ਚਵਾਈ ਜਾਊਗੀ। ਹਾਂਜੀ ਵੀਰ ਜੀ, ਪਿਛਲੇ ਥਣਾਂ ਦਾ ਵੀ ਚਵਾ ਦਿਖਾ ਦੇ, ਸਾਡੇ ਬਿਲਕੁਲ ਸਾਫ਼ ਧਾਰ ਆ।
ਬਾਕੀ ਇਹ ਦੂਰ ਤੋਂ ਇੱਕ ਵਾਰੀ ਤੁਹਾਨੂੰ ਦਿਖਾਈਏ, ਠੰਡੀ ਧੇਰੀ ਆ, ਕੋਈ ਰੱਸੀ ਦੀ ਜ਼ਰੂਰਤ ਨਹੀਂ। ਦੱਸੀਏ ਵੀਰ ਜੀ ਫਿਰ ਮੁੱਲ ਆਪਾਂ ਇਹਦਾ ਕੀ ਮੁੱਲ ਰੱਖਣਾ ਵੀਰ ਜੀ ਇਹਦਾ? ਫਿਰ ਜਿਹੜੇ ਚਾਰ ਦੰਦ ਆ ਤੇ ਚੰਗੇ ਚਵਾਲੀ ਆ ਤੇ ਮਗਰ ਵੱਛੀ ਜਿਹੜੀ ਆਪਾਂ ਦੇਖ ਸਕਦੇ ਬੜੀ ਪਿਆਰੀ ਆ, ਹਾਂ ਦੇਖ ਸਕਦੇ ਜੇ। ਬਾਕੀ ਹਾਈਟ ਜਿਹੜੀ ਇਹਦੀ ਚੰਗੀ ਆ ਤੇ ਦੰਦ ਇਹਦੇ ਆਪਾਂ ਤੁਹਾਨੂੰ ਚੈੱਕ ਕਰਾ ਦੇ, 32 ਜਾਂ ਮਾਲ ਤਾਂ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਇਹਦਾ ਆਪਾਂ ਕਰਾਂਗੇ ਅਗਲੇ ਸੂਏ ਨੂੰ ਵੱਛੀ ਕੋਈ ਤਿਆਰ ਕਰ ਲੂ, ਚੰਗੀ ਰਾਜੀ ਕਰ ਲੂਗਾ ਆਪਾਂ 45,000 ਦੀ ਵੱਛੀ। ਹਾਂਜੀ ਹਾਂਜੀ, ਤੇ ਆਹ ਵੱਛੀ ਨਾਲੇ ਤਿਆਰ ਹੋ ਜਾਣੀ, ਫਿਰ ਵੱਛੀ ਵੀ ਨਾਲ ਤਿਆਰ ਹੋ ਜਾਣੀ ਆ। ਤੇ ਹੁਣ ਜਿਹੜੀ ਹੁਣ ਆ ਗੱਬਨ ਗਾ ਤੁਹਾਨੂੰ ਦਿਖਾਉਣੀ ਆ, ਥਾਣੇ ਦੇ ਇੱਕ ਵਾਰੀ ਲੱਗ ਕੇ ਤੁਹਾਨੂੰ ਦਿਖਾਈਏ ਇਹਦਾ। ਵੀਰ ਜੀ ਕਿੰਨਵਾਂ ਸੂਆ ਸੋਣਾ ਜੀ ਇਹਨੇ? ਇਹਨੇ ਵੀ ਦੀ ਦੂਸਰਾ ਸੂਆ ਸੋਣਾ ਜੇ। ਅੱਛਾ, ਦੁੱਧ 15 ਕਿਲੋ ਗਰੰਟੀ ਹੈ ਜੀ, 15 ਲੀਟਰ ਕਰੀ ਜਾਊਗੀ। ਬਾਕੀ ਆ ਉਸ ਨਟ ਨਾ ਬੜੀਆਂ ਵਾ, ਉਹਨਾਂ ਕਰਦੀ ਮਾਰਿਆ। ਤੇ ਟਾਈਮ ਕਿੰਨਾ ਕੁ ਖੜਦੀ ਜੀ? ਹਾਂ ਦੇਖ ਸਕਦੇ ਉਂਝ ਹੈਗੀ ਜਿਹੜੀ ਠੰਡੀ ਹੈ। ਟਾਈਮ ਕਿੰਨਾ ਕੁ ਵੀਰ ਜੀ ਲਾ ਜਾਊਗੀ? ਕਿੰਨਾ ਕੁ ਟਾਈਮ ਲਾ ਜਾਊ ਸੋਣ 'ਚ? ਟਾਈਮ ਵੀਰ ਜੀ ਇਹਨੇ ਲੈ ਜਾਣੀ ਹੋਏ 10 ਦਿਨ। 10 ਦਿਨ ਲੈ ਜਾਊਗੀ, ਇੱਕ ਨਟ ਲਾ ਕੱਢਣੀਆਂ ਸਾਰੀਆਂ। ਠੀਕ ਹੈ, ਖੋਲੋ ਹਾਂ ਫਿਰ ਤੋਰੀ ਇੱਕ ਵਾਰੀ ਨੂੰ। ਸੂਆ ਕਿਣਵਾ ਵੀਰ ਜੀ ਸੋਣਾ ਇਹਨੇ? ਦੂਸਰਾ ਸੂਆ ਸੋਣਾ ਤੇ 10 ਦਿਨ ਅਜੇ ਵੀਰ ਜੀ ਨੇ ਕਹਿੰਦੇ ਕਿ ਖੜਦੀ ਆ। ਤੇ ਸਾਹੀਵਾਲ ਜਰਸੀ ਕਰੋਸ ਆ ਜਿਹੜੀ, ਤੇ ਹਵਾਨਾ ਇਹਦਾ ਇੱਕ ਵਾਰੀ ਦੇਖ ਸਕਦੇ ਜੇ ਨਾਲ। ਹਾਂਜੀ ਠੀਕ ਹੈ ਵੀਰ ਜੀ, ਲੈ ਆ। ਬਾਕੀ ਚੰਗੀ ਫੈਟ ਵਾਲੀ ਆ, ਫੈਟ ਵੀ ਜਿਹੜੀ ਇਹਦੀ ਚੰਗੀ ਆਊਗੀ। ਇਹਦਾ ਮੁੱਲ ਹੁਣ ਆਪਾਂ ਪੁੱਛ ਲੈਂਦੇ ਕੀ ਮੁੱਲ ਰੱਖਣਾ ਵੀਰ ਜੀ ਇਹਦਾ? ਫਿਰ ਵੀਰ ਜੀ ਇੱਕ ਚੀਜ਼ ਦੱਸਦੇ ਮੜੀ ਜੀ, ਆ ਦੇਖੋ ਨਾ ਮੁੱਲ ਦੇ ਸੰਦੇ ਨਾਲ ਨਾ। ਹਾਂਜੀ, ਇੱਕ ਥਾਂ ਮੜਾ ਆ, ਉਹ ਸਰੂ ਜਿਹਾ ਲੱਗਿਆ ਇਹ ਨਾਲ। ਅੱਛਾ ਜੀ, ਦੇਖਦਾ ਪਿਆ ਜੀ? ਹਾਂਜੀ ਹਾਂਜੀ ਹਾਂਜੀ, ਆ ਉਹ ਸਰੂ ਆਪਾਂ ਦੇ ਸਕਦੇ ਇੱਕ, ਪਰ ਵਗਦਾ ਨਹੀਂ ਕਿਉਂ ਹੈਗਾ ਉਹ ਤਾਂ ਦੱਸ ਦਿੰਦੇ ਆ ਵੀ। ਅੱਛਾ, ਜਿੱਥੋਂ ਆਪਾਂ ਲੈਂਦੇ ਉਹਨਾਂ ਨੇ ਸਾਨੂੰ ਗਾਰੰਟੀ ਦਿੱਤੀ ਆ। ਅੱਛਾ ਜੀ, ਤੇ ਜਦੋਂ ਚਾਹੁੰਦੇ ਆ ਕੋਈ ਗੱਲਬਾਤ ਵਗਦਾ ਨਹੀਂ ਹੈਗਾ। ਅੱਛਾ, ਹਾਂਜੀ ਹਾਂਜੀ ਠੀਕ ਹੈ, ਕਰੀ ਬੈਣੀ ਵਾਲੇ ਪਾਸੇ ਥਾਣੇ ਤਰ੍ਹਾਂ ਤੁਹਾਨੂੰ ਦਿਖਾ ਦੀ। ਠੀਕ ਹੈ, ਹੁਣ ਜੇ ਠੰਡੀ ਧੇਰੀ ਹੈ ਜਿੱਦਾਂ ਮਰਜ਼ੀ, ਉਹ ਮਾੜਾ ਮੋਟਾ ਨਵਾਂ ਡੰਗਰ ਆਇਆ ਹੋਏ ਸਾਰੇ ਕੱਲ ਹੀ ਤੁਹਾਨੂੰ ਪਾ ਲਿਆਂਦੇ ਆ। ਹਾਂਜੀ ਹਾਂਜੀ, ਤੇ ਫਿਰ ਮਾੜਾ ਮੋਟਾ ਕੱਢ ਹੀ ਜਾਂਦਾ ਬਗਾਨੇ ਤਾਂ। ਠੀਕ ਹੈ, ਤੇ ਇਹਦਾ ਕੀ ਮੁੱਲ ਜੀ? ਬਾਕੀ ਫੈਟ ਵਾਲੀ ਹੈਗੀ? ਠੀਕ ਹੈ ਠੀਕ ਹੈ। ਤੇ ਹੁਣ ਜਿਹੜੀ ਤੁਹਾਨੂੰ ਤੀਸਰੇ ਨੰਬਰ ਤੇ ਇੱਕ ਹੋਰ ਜਰਸੀ ਸਾਹੀਵਾਲ ਕ੍ਰੋਸ ਇੱਕ ਹੋਰ ਆਪਾਂ ਤੁਹਾਨੂੰ ਦਿਖਾਉਣੀ, ਹਾਈਟ ਇਹਦੀ ਵੀ ਚੰਗੀ ਹੈ, ਥਣ ਬੜਾ ਪਿਆਰਾ ਇਹਦੇ ਕੋਲ ਆ ਦੇਖ ਸਕਦੇ ਜੇ, ਕਾਰਾ ਜਿਹਾ ਸਰੀਰ ਹੈ ਜਿਹੜਾ ਇਹਦਾ ਪੂਰਾ ਕੰਪੈਕਟ ਜਿਹਾ ਵਾ, ਦੇਖ ਸਕਦੇ ਸਿੱਧੀ ਜੀ ਬੈਡ ਹੈ ਜਿਹੜੀ। ਦੱਸੀਏ ਵੀਰ ਜੀ ਇਹਦੇ ਬਾਰੇ? ਵੀਰ ਜੀ ਇਹ ਵੀ ਦੂਜੇ ਸੂਏ ਵੱਛੀ ਸੁਣੀ ਆ। ਹਾਂਜੀ, ਥਾਂ ਥੂਣ ਦੀ ਵੇਖ ਲਓ, ਬੰਦਰ ਕਿੱਡੀ ਵਧੀਆ ਹੋ ਗਈ। ਹਾਂਜੀ ਹਾਂਜੀ, ਇਹ ਵੀ ਹਫਤਾ ਲਊਗੀ ਵੱਛੀ, ਹਫਤਾ ਲੈ ਜਾਊਗੀ, ਦੁੱਧ ਇਹਨੇ 13-14 ਕਿਲੋ 12 ਤੋਂ ਪਲੱਸ ਹੀ ਕਰੂਗੀ। ਅੱਛਾ ਜੀ, ਹਾਂਜੀ ਹਾਂਜੀ। ਤੇ ਖੋਲੀਆਂ ਫਿਰ ਤੋਰੀਆਂ ਦਾ 12 ਤੋਂ ਪਲੱਸ ਹੀ ਦੁੱਧ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਇਹ ਵੀ ਚਵਾ ਜੂਗੀ। ਬਾਕੀ ਇਹ ਫੈਟ ਬਹੁਤ ਹੁੰਦੀ ਇਹਨਾਂ ਦੀ। ਹਾਂਜੀ, ਚੰਗੀ ਫੈਟ ਵਾਲੀ ਆ ਜਿਹੜੀ ਇਹ ਵੀ।
ਠੀਕ ਹੈ ਵੀਰ ਜੀ, ਅੱਜ ਲੈ ਆਓ ਜੀ। ਇਹਦਾ ਜਿਹੜਾ ਮੁੱਲ ਹੋਣਾ ਆਪਾਂ ਪੁੱਛ ਲੈਂਦੇ ਹਾਂ, ਮੁੱਲ ਵੀਰ ਜੀ ਦੱਸੀਏ ਫਿਰ ਇਹਦਾ। ਹੁਣ ਜਿਹੜੀ ਇੱਕ ਹੋਰ ਤੁਹਾਨੂੰ ਗੱਬਨ ਇੱਕ ਵੈਟ ਤੁਹਾਨੂੰ ਦਿਖਾਉਣੀ ਹੈ, ਇਹਨੇ ਵੀਰ ਜੀ ਕਿੰਨਾ ਸੂਆ ਸੋਨਾ ਜੀ? ਇਹ ਪਹਿਲਾਂ ਸੂਆ ਸੋਨਾ। ਅੱਛਾ ਜੀ, ਇਹਨੇ ਪਹਿਲਾਂ ਹੀ ਸੂਆ ਸੋਨਾ ਵਾ। ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ, ਇਹ ਥਾਣੇ ਜਿਹੜਾ ਤਿਆਰ ਕਰੂਗੀ ਚੰਗਾ। ਦਸ ਬਾਰਾਂ ਲੀਟਰ ਦੁੱਧ ਜਿਹੜਾ ਵੀਰ ਜੀ ਕਹਿੰਦੇ ਕਿ ਇਹ ਵੀ ਚਵਾਈ ਜਾਊਗੀ। ਬਾਕੀ ਨਾਰਮਲ ਜਿਹਾ ਕਰ ਦਿਆ ਇਹਦਾ। ਝੱਬੂ ਦਾ ਥੋੜਾ ਜਿਹਾ ਕਰਦੀ ਆ, ਠੀਕ ਠੀਕ ਇਹਦਾ ਕੀ ਮੁੱਲ ਜੇ ਵੀਰ ਜੀ? ਫਿਰ ਮੁੱਲ ਵੀਰ ਜੀ ਹਾਈਟ ਨਾਰਮਲ ਜੇ ਦੱਸ ਦਿਓ। ਹਾਂਜੀ ਹਾਂਜੀ, ਮੈਂ ਵੀ ਦੱਸ ਦਿੰਦਾ ਵਾਂ ਜੀ, ਹਾਂਜੀ ਜਿਹੜੀ ਚੀਜ਼ ਦੇਣੀ ਦੱਸ ਕੇ ਦੇਣੀ ਆ, ਇਹ ਜਿਹੜਾ ਕੱਲ ਨੂੰ ਜਾਏ ਉੱਥੇ ਅਗਲੇ ਦੇ ਘਰ ਤੇ ਪਏ ਵੀ। ਹਾਂਜੀ ਹਾਂਜੀ, ਬਹੁਤਾ ਵੱਡਾ ਕੱਦ ਨਹੀਂ ਤੇ ਬਹੁਤਾ ਛੋਟਾ ਵੀ ਨਹੀਂ, ਨਾਰਮਲ ਜਿਹਾ ਕੱਦ ਹੈ। ਪੱਠੇ ਖਾ ਕੇ ਰੱਜਣ ਵਾਲੀ ਆ ਤੇ ਦੁੱਧ ਇਹਨੇ ਪੂਰਾ ਦੇਣਾ। ਹਾਂਜੀ ਹਾਂਜੀ, ਥੋੜੀ ਬਰੀਕ ਚ ਹੈਗਾ ਜੀ। ਹਾਂਜੀ ਹਾਂਜੀ, ਸੀਧੀ ਹੈਗੀ। ਤੇ ਇਹਦਾ ਮੁੱਲ? ਮੁੱਲ ਵੀਰ ਜੀ ਇਹਦਾ 32,000 ਆ। ਅੱਛਾ, ਥਾਣੇ ਦੇ ਲਾਗੇ ਦਾ ਦਿਖਾ ਦੀਏ। ਬਾਕੀ ਸਾਈ ਵੱਲ ਗਾਂ ਸਾਈ ਜਿਹੜਾ ਇਹਦਾ ਚੰਗਾ। ਕਿੰਨਾ ਦੁੱਧ ਜੀ ਵੀਰ ਜੀ ਇਹਦੇ ਕੋਲ? ਥੱਲੇ 7 ਕਿਲੋ ਦੁੱਧ ਆ, ਹੁਣ 2-3 ਮਹੀਨੇ ਹੋ ਗਏ ਲਿਆਂਦੀ ਨਾ। ਆਪਾਂ ਚੋਂਡ ਤੁਹਾਨੂੰ ਅੱਗੇ ਦੱਸਿਆ ਵੀ ਮੱਝਾਂ ਸਾਡੀਆਂ ਸੂਣ ਵਾਲੀਆਂ ਵਾ। ਹਾਂਜੀ ਹਾਂਜੀ, ਤੇ ਬਸ ਹੁਣ ਉਹਨਾਂ 10-10 ਦਿਨ ਰਹਿ ਗਏ, ਸਾਡਾ ਇਰਾਦਾ ਫਿਰ ਵੇਚ ਦਿੰਦੇ ਹਾਂ। ਅੱਛਾ ਜੀ, ਹਾਂਜੀ ਹਾਂਜੀ, ਠੀਕ ਹੈ। ਇਹਦੇ ਥੱਲੇ ਦੁੱਧ 7 ਕਿਲੋ ਜੀ। ਹਾਂਜੀ, ਚੋਣ ਦਾ ਤੁਹਾਨੂੰ ਦੱਸ ਦਿੰਦੇ ਹਾਂ ਕਿੱਦਾਂ ਚੋਈਦੀ, ਰੱਸੀ ਪਾ ਕੇ ਚੋਈਦੀ ਹੈ, ਪਰ ਇਹ ਹਿਲਦੀ ਨਹੀਂ ਹੈਗੀ। ਠੀਕ ਹੈ, ਹਾਂਜੀ ਮਾੜਾ ਜਿਹਾ ਦਿਖਾ ਦਿੰਦੇ ਹਾਂ, ਚਲੋ ਦਿਖਾ ਦਿੰਦੇ ਹਾਂ, ਚੋਣੀਆਂ ਜਾ ਕੇ। ਹਾਂਜੀ ਹਾਂਜੀ, ਚਲੋ ਪਤਾ ਲੱਗ ਜਾਊਗਾ ਸਾਰਾ। ਇਹਦੇ ਫਿਰ ਇਹਦੇ ਚੋਕਰ ਪਾਓ, ਨਾ ਪਾਓ, ਕੱਲਾ ਹੜਿਆ ਪਾ ਦਿਓ ਤਾਂ ਵੀ ਮਿਲ ਪੈਂਦੀ। ਅੱਛਾ, ਹਾਂਜੀ ਹਾਂਜੀ, ਹਾਂ ਦੇ ਸਕਦੇ ਜੇ ਹਰਿਆ ਦੇ ਨਾ ਪਾਤਾ ਗਾੜੀ ਹਨ। ਹਰੇ ਤੇ ਵੀਰ ਜੀ ਨੇ ਕਹਿੰਦੇ ਕਿ ਬੜੀ ਖੁਸ਼ ਹੋ ਕੇ ਮਿਲਦੀ ਜਿਹੜੀ ਹੈ। ਤੇ ਰੱਸੀ ਵੀਰ ਜੀ ਫਿਰ ਉੱਪਰ ਹੀ ਪਾਉਂਦੇ ਜੀ? ਹਾਂਜੀ ਹਾਂਜੀ, ਇੱਥੇ ਵਧੀ ਇਹਦੀ ਉਹ ਨਹੀਂ ਹੈਗੀ ਵੀ ਗਰਮ ਬਹੁਤ ਹੈ ਉਹ। ਅੱਛਾ ਜੀ, ਬਿਲਕੁਲ ਠੰਡੀ ਵਸੀ ਨਾ ਉਹ ਜੀ ਨਹੀਂ ਗੱਲਬਾਤ ਕੋਈ। ਠੀਕ ਹੈ, ਹਾਂਜੀ ਹਾਂਜੀ। ਆ ਵੀ ਜੇ ਥਾਣ ਉੱਠਲਾ ਤਿੱਲੜ ਦੇ। ਅੱਛਾ, ਆ ਇੱਕ ਥਾਂ ਦੀ ਤਿੱਲੜ ਆ। ਹਾਂਜੀ ਹਾਂਜੀ, ਤਿੰਨ ਹੀ ਥਾਣ ਜਿਹੜੇ ਇਹਦੇ ਚੱਲਦੇ ਆ। ਤਿੰਨਾਂ ਥਣਾਂ ਚ ਵੀਰ ਜੀ ਦੁੱਧ 7 ਕਿਲੋ ਫਿਰ ਕੱਢੀ ਜਾਂਦੀ ਹੈ। ਹਾਂਜੀ ਹਾਂਜੀ, ਵਧੀਆ ਵੀਰ ਜੀ। ਤੇ ਇਹਦੀ ਤੇ ਫੈਟ ਵੀ ਚੰਗੀ ਹੁੰਦੀ ਹੈ। ਚੰਗੀ ਹੈ, ਇੱਕ ਹਿਸਾਬ ਲੱਗਦਾ ਨਹੀਂ ਸਾਨੂੰ ਵੀ ਮਾਈ ਦਾ ਦੁੱਧ ਆ ਕੇ ਗਾਈ ਦਾ ਵਾ। ਤੁਸੀਂ ਘਰੇ ਵਰਤਦੇ ਜੇ ਤਾਂ ਹਨਾ? ਹਾਂ, 2 ਮਹੀਨੇ ਹੋ ਗਏ ਸਾਨੂੰ ਚੋਂਦਿਆਂ ਨੂੰ। ਠੀਕ ਹੈ, ਤੇ ਸਾਡਾ ਤਾਂ ਬੜਾ ਵਧੀਆ ਨੇ ਟਾਈਮ ਸਾਰਾ ਜਿਵੇਂ ਪਈਏ। ਠੀਕ ਹੈ, ਜੇ ਕਿਸੇ ਦੇ ਅੱਗੇ ਵੀ ਡੰਗਰ ਡੁੰਗਰ ਸੂਣ ਵਾਲੇ ਕੋਈ ਮਹੀਨੇ ਦੋਵਾਂ ਦਿਨਾਂ, ਠੀਕ ਹੈ, ਉਹ ਵੀ
ਉਹ ਵੀ ਆਪਣਾ ਸਾਡੇ ਵਾਂਗੂ ਆਪਣਾ ਟਾਈਮ ਸਾਰ ਸਕਦਾ ਬਾਹਰੋਂ ਲਿਆਉਣਾ। ਠੀਕ ਹੈ ਜੀ, ਹਾਂਜੀ ਹਾਂਜੀ। ਪਸਮ ਕੀ ਵੀਰ ਜੀ ਫਿਰ? ਹਾਂਜੀ ਹਾਂਜੀ ਪਸਮ ਦਿਖਾਈਏ ਫਿਰ ਜਵਾਬ। ਹਾਂਜੀ ਵੀਰ ਜੀ ਨੇ ਕਹਿੰਦੇ ਕਿ ਦਿਖਾ ਦਿਆਂਗੇ ਆਪਾਂ ਨੂੰ, ਫਿਰ ਪਤਾ ਲੱਗ ਜਾਂਦਾ ਕਿ ਪਸ਼ੂ ਜਿਹੜਾ ਵਾ ਮਿਲਦਾ ਕਿੱਦਾਂ। ਧਾਰ ਜਿਹੜੀ ਇਹਦੀ ਵੀ ਬਿਲਕੁਲ ਸਾਫ ਹੈ। ਉਹ ਵਾਲੇ ਖਾਂਦੇ ਵੀਰ ਜੀ ਧਾਰ ਦਿਖਾ ਦਿਓ। ਦੂਰ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ। ਹਾਂਜੀ ਠੀਕ ਹੈ ਵੀਰ ਜੀ, ਤੋਰੀਆ ਫਿਰ ਇੱਕ ਵਾਰੀ ਇਹਨੂੰ, ਇਹ ਵੀ ਇੱਕ ਵਾਰੀ ਤੋਰ ਕੇ ਤੁਹਾਨੂੰ ਦਿਖਾ ਦਈਏ। ਇੱਕ ਥਾਂਦੀ ਜਿਹੜੀ ਇਹ ਤਿੱਲੜ ਆ, ਅਤੇ ਦੁੱਧ ਵੀ ਜਿਹੜਾ ਇਹਦਾ ਸੰਘਣਾ ਮੱਝਾਂ ਵਰਗਾ ਦੁੱਧ ਜਿਹੜਾ ਵੀਰ ਜੀ ਹੋਣੀ ਦੱਸਦੇ ਆ ਇਹਦਾ, ਅਤੇ ਮੌਕੇ 'ਤੇ ਦੁੱਧ ਵੀ ਜਿਹੜਾ 7 ਲੀਟਰ ਤਿਆਰ ਦੱਸਦੇ ਆ। ਬਾਕੀ ਸਾਹੀਵਾਲ ਗਾਂ ਵਾ, ਅਤੇ ਉਂਝ ਜਿਹੜੀ ਠੰਡੀ ਧੀਰੀ ਆ, ਚੌਣ 'ਚ ਜਿਹੜੀ ਇਹਦੀ ਕੋਈ ਦਿੱਕਤ ਨਹੀਂ ਆ। ਮੁੱਲ ਹੋਣੇ ਦਾ ਵੀ ਪੁੱਛ ਲਈ। ਹਾਂਜੀ ਵੀਰ ਜੀ, ਕੀ ਮੁੱਲ ਰੱਖਣਾ ਫਿਰ ਇਹਦਾ? ਮੁੱਲ ਵੀਰ ਜੀ ਜਿਹੜੇ ਹਿਸਾਬ ਨਾਲ ਤੁਸੀਂ ਦੁੱਧ ਆ 6-7 ਕਿਲੋ, ਹਾਂਜੀ ਉਸ ਹਿਸਾਬ ਨਾਲ 12-13 ਹਜ਼ਾਰ 15 ਹਜ਼ਾਰ ਹੀ ਮੰਗ ਲੈਣ ਤਾਂ ਵੀ ਕੋਈ ਨਹੀਂ। ਹਾਂਜੀ ਹੁਣ ਮੁੱਲ ਇਹਦਾ ਤਿੱਲਰ ਕਰਕੇ 10 ਹਜ਼ਾਰ ਆ। ਅੱਛਾ 8 ਹਜ਼ਾਰ ਹੀ ਦੇ ਦਾਂਗੇ। ਅੱਛਾ ਕਿ ਜਿੰਨਾ ਦੁੱਧ ਦੇ ਉਹਨੇ ਦੇ ਦਾਂਗੇ। ਅੱਛਾ 7 ਹਜ਼ਾਰ ਦੀ ਦੇ ਦੋਗੇ, 7 ਲੀਟਰ ਵਾਲੀ 7 ਹਜ਼ਾਰ 'ਚ। 7 ਹਜ਼ਾਰ ਦੀ ਬਾ ਉਹ ਵੇਖ ਲਓ, ਹੜਿਆ ਨੇੜਾ ਪਾਇਆ, ਹੜੇ ਨੇੜੇ ਨੂੰ ਭਾਵੇਂ ਵੰਡ ਨਾ ਵੀ ਨਾਲ ਪਾਓ। ਅੱਛਾ ਹੜੇ ਨੇੜੇ ਤੇ ਮੰਨ ਪੈਂਦੀ। ਠੀਕ ਹੈ ਜੀ, ਹਾਂਜੀ ਹਾਂਜੀ ਠੀਕ ਹੈ ਵੀਰ ਜੀ। ਹੋਰ ਕੁਛ ਕਹਿਣਾ ਫਿਰ? ਬਸ ਜੀ ਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਪਸ਼ੂ ਜਿਹੜੇ ਵੀਰ ਜੀ ਹੋਣਾਂ ਨੇ 5 ਵਕਾਓ ਕੀਤੇ ਆ, ਅਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ, ਚਵਾਈ ਕਰਕੇ, ਪਾਸ ਕਰਕੇ, ਆਪਣੀ ਸਮਝ ਦੇ ਹਿਸਾਬ ਨਾਲ ਵੇਖ ਚੱਕ ਕੇ ਖੜ੍ਹੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।